हेलो दोस्तों, बहुत बहुत स्वागत है जी थोड़ा थोड़े अपने चैनल सुखिजा ट्यूशन च। तो थोड़ा नैक्सट लैक्चर लैक्चर नंबर 28 दे विच बहुत बहुत स्वागत है जी। तो स्टार्ट करते हैं आप अपना अज का लैक्चर लैक्चर नंबर 28। देखो मैं सब तो पहला थोनों यह दस दें कि डेली थोड़ा क्लास होंगी है, डेली लैक्चर हों सवेरे 10 बजे, ठीक है। सारे स्टूडेंट जरूर आया करो जी। कल आप खत्म किया है पार्टनरशिप, थोनों सारे पता ही है कल आप पार्टनरशिप है जोड़ा वो खत्म कर लिया। तो अज आप स्टार्ट करांगे नवा चैप्टर परसेंटेज। की स्टार्ट करांगे? परसेंटेज, ठीक है। एक गल सब तो पहला मेरी सारे स्टूडेंट सुन लो, भावें जेड़ा भी तुसी एग्जाम देना, जेड़ा मर्जी एग्जाम देना है, भावें पटवारी देना है, मास्टर कैडर देना है, या फिर कह लो कि ETT का एग्जाम देना है, या कोई भी एग्जाम देना, या PSTET-1 देना, PSTET-2 देना, किते ना किते आपू परसेंटेज की लोड़ पै जाती है किते ना किते। ਤਾਂ ਕਰਕੇ ਜ਼ਰੂਰ ਹੈ PSTET ਵਾਸਤੇ, ਪਟਵਾਰੀ ਵਾਸਤੇ, ਜਾਂ ਫਿਰ ਕਹਿ ਲਓ ਕਿ ETT ਦੇ ਸੈਕਿੰਡ ਐਗਜ਼ਾਮ ਵਾਸਤੇ, ਤਾਂ ਇਹ ਚੈਪਟਰ ਬਹੁਤ ਜ਼ਿਆਦਾ ਵਧੀਆ ਅਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। ਦੇਖੋ ਜ਼ਿੰਦਗੀ ਦੇ ਵਿੱਚ ਬਹੁਤ ਆਪਾਂ ਸਟੂਡੈਂਟਸ ਨੂੰ ਵੀ ਅੱਗੇ ਜਾ ਕੇ ਪੜ੍ਹਾਉਣਾ, 5ਵੀਂ ਤੋਂ ਲੈ ਕੇ 10ਵੀਂ ਤੱਕ ਸਾਰੀਆਂ ਕਲਾਸਾਂ ਦੇ ਵਿੱਚ ਜਿਹੜਾ ਪਰਸੈਂਟੇਜ ਦਾ ਚੈਪਟਰ ਤੁਹਾਨੂੰ ਮਿਲ ਜਾਣਾ, ਕਿਤੇ ਨਾ ਕਿਤੇ ਇਹਦਾ ਕੰਸੈਪਟ ਵੀ ਜ਼ਰੂਰ ਯੂਜ਼ ਹੋ ਜਾਣਾ। ਤਾਂ ਕਰਕੇ ਕੋਈ ਵੀ ਸਟੂਡੈਂਟ ਦਿਲ 'ਚ ਇਹ ਨਾ ਸੋਚੇ ਕਿ ਸਰ ਇਹ ਸਾਨੂੰ ਹੈ ਨਹੀਂ ਜਾਂ ਹੈਗਾ ਜਾਂ ਕਿਵੇਂ, ਕਿਉਂਕਿ ਕਈ ਵਾਰ ਆਪਾਂ ਦੇਖਿਆ ਇਹ ਵਾਲਾ ਜਿਹੜਾ ਪਰਸੈਂਟੇਜ ਦਾ ਸਮ ਹੈ ਉਹ ਕਈ ਐਗਜ਼ਾਮ ਦੇ ਵਿੱਚ ਇਹ ਦੇਖਣ ਨੂੰ ਮਿਲਿਆ। ਤਾਂ ਕਰਕੇ ਸਾਰਾ ਪਰਸੈਂਟੇਜ ਦਾ ਕੰਸੈਪਟ ਤੁਹਾਨੂੰ ਸਮਝਾਊਂਗਾ, ਚੰਗੀ ਤਰ੍ਹਾਂ ਕਲੀਅਰ ਹੋ ਜਾਊਗਾ ਕਿ ਪਰਸੈਂਟੇਜ ਹੁੰਦਾ ਕੀ ਹੈ, ਪਰਸੈਂਟੇਜ ਨੂੰ ਡਿਨੋਟ ਕਿਵੇਂ ਕਰਦੇ ਆ। ਅੱਜ ਹੀ ਆਪਾਂ ਇਸੇ ਕਲਾਸ 'ਚ ਕਰਾਂਗੇ ਪਰਸੈਂਟੇਜ ਦੀਆਂ ਕਈ ਤਰ੍ਹਾਂ ਦੇ ਕੰਸੈਪਟ ਅਤੇ ਐਗਜ਼ਾਮਪਲਾਂ। ਕੱਲ੍ਹ ਮੈਂ ਤੁਹਾਨੂੰ ਕਰਾਊਂਗਾ ਇੱਦੂ ਥੋੜ੍ਹੇ ਅਪ ਲੈਵਲ ਦੇ ਕੁਐਸਚਨ, ਠੀਕ ਹੈ। 3-4 ਦਿਨ ਲਾਵਾਂਗੇ, ਇਹ ਚੰਗੀ ਤਰ੍ਹਾਂ ਤੁਹਾਨੂੰ ਕਲੀਅਰ ਹੋ ਜਾਣਾ ਪਰਸੈਂਟੇਜ। ਤਾਂ ਦੇਖੋ ਪਰਸੈਂਟੇਜ ਹੈ ਕਿ ਸਾਰੇ ਸਟੂਡੈਂਟ ਨੇ ਜ਼ਰੂਰ ਸੁਣਨਾ। ਦੇਖੋ ਪਰਸੈਂਟੇਜ ਸਟਾਰਟ ਕਰਦੇ ਹਾਂ ਆਪਾਂ। ਪਰਸੈਂਟੇਜ ਦੇਖੋ, ਪਰਸੈਂਟੇਜ ਹੈ ਜਿਹੜਾ, ਇਹਨੂੰ ਪੰਜਾਬੀ 'ਚ ਕੀ ਕਹਿੰਦੇ ਹੈ? ਪ੍ਰਤੀਸ਼ਤ। ਇਹ ਤਾਂ ਸਾਰੇ ਜਾਣਦੇ ਹੀ ਹੋਣਗੇ, ਪ੍ਰਤੀਸ਼ਤ ਬੋਲਦੇ ਆ ਇਹਨੂੰ, ਹੈ ਨਾ। ਅਤੇ ਇਹਨੂੰ ਡਿਨੋਟ ਕਿਵੇਂ ਕਰਦੇ ਆ? ਸਭ ਤੋਂ ਪਹਿਲਾਂ ਇਹ ਵੇਖੋ, ਇਹਨੂੰ ਡਿਨੋਟ ਕਰਦੇ ਆ ਇਹ ਇਸ ਤਰੀਕੇ ਨਾਲ। ਇਹਦਾ ਸਾਈਨ ਕੀ ਹੁੰਦਾ? ਇਹ ਵਾਲਾ। ਸਾਰੇ ਸਟੂਡੈਂਟ ਨੂੰ ਇੰਨਾ ਕੁ ਤਾਂ ਪਤਾ ਹੀ ਹੋਊਗਾ ਕਿ ਇਹਦਾ ਸਾਈਨ ਕੀ ਹੁੰਦਾ, ਇਹ ਵਾਲਾ, ਠੀਕ ਹੈ। ਇਹਨੂੰ ਡਿਨੋਟ ਕਰਨ ਦਾ, ਪਰਸੈਂਟੇਜ ਨੂੰ ਡਿਨੋਟ ਕਰਨ ਦਾ ਸਾਈਨ ਹੈ ਇਹ ਵਾਲਾ, ਠੀਕ ਹੈ, ਜਿਹੜਾ ਤੁਹਾਡੇ ਸਾਹਮਣੇ ਮੈਂ ਲਿਖਿਆ। ਉਸ ਤੋਂ ਬਾਅਦ ਦੇਖੋ, ਦੇਖੋ ਜੇ ਤੁਹਾਨੂੰ ਕੋਈ ਪੁੱਛੇ ਕਿ ਪਰਸੈਂਟੇਜ ਹੁੰਦਾ ਕੀ ਹੈ, ਤਾਂ ਤੁਸੀਂ ਉਹਨੂੰ ਕੀ ਕਹੋਗੇ? ਪਰਸੈਂਟੇਜ ਕੀ ਹੈ? ਦੇਖੋ ਬਾਏ ਡੈਫੀਨੇਸ਼ਨ ਜੇ ਆਪਾਂ ਇਹਨੂੰ ਦੇਖਦੇ ਹਾਂ ਤਾਂ ਪਰਸੈਂਟੇਜ ਕੀ ਹੈ? ਦੇਖੋ ਪਰਸੈਂਟੇਜ ਕੀ ਹੈ? ਆਊਟ ਆਫ ਐਵਰੀ 100, ਆਊਟ ਆਫ ਐਵਰੀ 100 ਵੈਲਿਊ ਜਿਹੜੀ ਹੁੰਦੀ ਹੈ ਨਾ, ਐਵਰੀ 100 ਵੈਲਿਊ, ਉਹ ਕੀ ਹੁੰਦੀ ਹੈ ਆਪਣੇ ਕੋਲੇ? ਪਰਸੈਂਟੇਜ। ਜਿਵੇਂ ਆਪਾਂ ਕਿਵੇਂ ਲਿਖਦੇ ਹਾਂ? 15%। ਤਾਂ ਇਹਨੂੰ ਕੀ ਲਿਖਦੇ ਹਾਂ? 15/100। ਜੇ ਆਪਾਂ ਲਿਖਦੇ ਹਾਂ 20%, ਇਹਨੂੰ ਕੀ ਲਿਖਦੇ ਹਾਂ? 20/100। ਇਹੀ ਲਿਖਦੇ ਹਾਂ, ਇਹਨੂੰ ਕੀ ਲਿਖਦੇ ਹਾਂ ਆਪਾਂ? 20/100। ਜੇ ਆਪਾਂ ਲਿਖਦੇ ਹਾਂ 400%, ਤਾਂ ਇਹਨੂੰ ਕੀ ਲਿਖਦੇ ਹਾਂ ਆਪਾਂ? 400/100। ਤਾਂ ਜਿਹੜੀ ਵੀ ਵੈਲਿਊ ਨੂੰ ਆਪਾਂ ਪਰਸੈਂਟੇਜ ਪਾ ਦਿੰਦੇ ਹਾਂ, ਉਹ ਕੀ ਬਣ ਜਾਂਦੀ ਹੈ? ਆਊਟ ਆਫ ਐਵਰੀ 100, ਠੀਕ ਹੈ। ਉਹ ਕੀ ਹੋ ਜਾਂਦੀ ਹੈ ਵੈਲਿਊ? ਆਊਟ ਆਫ ਐਵਰੀ 100। ਕਲੀਅਰ ਹੈ? ਸਭ ਤੋਂ ਪਹਿਲਾਂ ਮੈਨੂੰ ਦੱਸੋ, ਇੱਥੋਂ ਤੱਕ ਸਾਰਿਆਂ ਨੂੰ ਕਲੀਅਰ ਹੈ? ਦੇਖੋ, ਤੇ ਪਰਸੈਂਟੇਜ ਹੈ ਕੀ ਚੀਜ਼ ਜਿਹੜਾ ਆਪਾਂ ਇਹਨੂੰ ਸੋਲਵ ਕਰਨਾ? ਦੇਖੋ, ਜਿਵੇਂ ਮੰਨ ਕੇ ਚੱਲੋ ਕਿ ਆਪਣੇ ਕੋਲੇ ਕੋਈ ਵੀ ਪਰਸੈਂਟੇਜ ਦੀ ਵੈਲਿਊ ਹੈ। ਦੇਖੋ, ਆਪਾਂ ਸਭ ਤੋਂ ਪਹਿਲਾਂ ਵੇਖਦੇ ਹਾਂ ਕਿ ਪਰਸੈਂਟੇਜ ਨੂੰ, ਕੋਈ ਵੀ ਪਰਸੈਂਟੇਜ ਨੂੰ ਬਦਲਣਾ ਕਿਵੇਂ ਹੈ, ਉਹਨੂੰ ਬਦਲਣਾ ਕਿਵੇਂ ਹੈ? ਦੇਖੋ, ਉਹਨੂੰ ਬਦਲਣਾ ਕਿਵੇਂ ਹੈ? ਇਹਦੇ ਵੇਖੋ ਤਰੀਕੇ ਕੀ ਹੈ? ਦੇਖੋ, ਦੋ ਤਰੀਕੇ ਹੈ। ਦੇਖੋ, ਪੰਜਾਬੀ ਦੇ ਵਿੱਚ ਕੋਈ ਮੇਰੇ ਸਪੈਲਿੰਗ ਗਲਤ ਹੋ ਜਾਵੇ ਤਾਂ ਮਾਫ਼ ਕਰਿਓ। ਦੇਖੋ, ਜੇ ਆਪਣੇ ਕੋਲ 20% ਹੈ, ਇਹਨੂੰ ਆਪਾਂ ਕੀ ਲਿਖ ਲਿਆ? 20/100। ਇਹਨੂੰ ਕੀ ਲਿਖ ਲਿਆ? 1/5। ਤਾਂ 1/5, ਤਾਂ 20% ਤੋਂ ਆਪਾਂ ਕੀ ਬਣਾ ਲਿਆ? 1/5। ਹੁਣ 1/5 ਤੋਂ ਆਪਾਂ ਪਰਸੈਂਟ ਕਿਵੇਂ ਬਣਾਵਾਂਗੇ? ਗੁਣਾ 100 ਕਰ ਦਾਂਗੇ, ਤਾਂ ਉਹ ਕੀ ਆ ਜਾਊਗਾ ਆਪਣੇ ਕੋਲੇ? 20%। ਕਲੀਅਰ ਹੈ ਕਿ ਕਿਵੇਂ ਆਪਾਂ ਪਹਿਲਾਂ ਕਿਸੇ ਪਰਸੈਂਟੇਜ ਨੂੰ ਫਰੈਕਸ਼ਨ ਦੇ ਵਿੱਚ ਬਣਾਇਆ, ਫਰੈਕਸ਼ਨ ਨੂੰ ਆਪਾਂ ਕਿਵੇਂ ਪਰਸੈਂਟੇਜ ਦੇ ਵਿੱਚ ਚੇਂਜ ਕੀਤਾ? ਇਸ ਚੀਜ਼ ਨੂੰ ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਲਓ ਕਿ ਕਿਵੇਂ ਕਿਸੇ ਪਰਸੈਂਟੇਜ ਨੂੰ ਫਰੈਕਸ਼ਨ ਦੇ ਵਿੱਚ ਚੇਂਜ ਕਰਨਾ। ਦੇਖੋ ਕੀ ਲਿਖਿਆ? 40%। ਇਹਨੂੰ ਕੀ ਬਣਾਤਾ ਆਪਾਂ? 40/100। ਕੱਟ ਕੇ ਕੀ ਆ ਗਿਆ? 2/5। ਹੁਣ ਇਸੇ 2/5 ਨੂੰ ਦੇਖੋ ਪਰਸੈਂਟੇਜ ਦੇ ਵਿੱਚ ਬਣਾਵਾਂਗੇ, ਗੁਣਾ 100 ਕਰ ਦਿਓ। 20/5/100, 20/2/40, 40। ਦੇਖੋ, ਬਿਲਕੁਲ ਬੇਸਿਕ ਤੋਂ, ਇਹ 5ਵੀਂ ਕਲਾਸ ਦਾ ਕੰਮ ਹੈ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ, ਬਿਲਕੁਲ ਬੇਸਿਕ ਤੋਂ ਦੱਸ ਰਿਹਾ ਕਿ ਕਿਸੇ ਵੀ ਸਟੂਡੈਂਟ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਨਾ ਰਹਿ ਜੇ ਕਿ ਪਰਸੈਂਟੇਜ ਹੁੰਦਾ ਕੀ ਹੈ, ਠੀਕ ਹੈ। ਦੇਖੋ, ਇਹ ਜੋ ਮੈਂ ਤੁਹਾਨੂੰ ਸਮਝਾਇਆ ਇਹ ਕੀ ਹੈ? ਪਰਸੈਂਟੇਜ।
ਕਲੀਅਰ ਹੈ ਤਾਂ ਅੱਜ ਇਹਦੇ ਨਾਲ ਦੇ ਕਿੰਨੀਆਂ ਹੀ ਤੁਹਾਨੂੰ ਮੈਂ ਕਨਸੈਪਟ ਤੇ ਐਗਜ਼ਾਮਪਲਾਂ ਦੱਸੂਗਾ ਤੁਸੀਂ ਜ਼ਰੂਰ ਦੇਖਣਾ ਵਿਚਾਲਿਓ ਨਾ ਛੱਡ ਕੇ ਜਾਇਆ ਕਰੋ ਕਿਉਂਕਿ ਅਗਰ ਵਿਚਾਲਿਓ ਛੱਡ ਕੇ ਜਾਂਦੇ ਹੋ ਫਿਰ ਪ੍ਰੋਬਲਮ ਆ ਜਾਂਦੀ ਹੈ ਸਾਰੀ ਠੀਕ ਹੈ ਤੇ ਨੈਕਸਟ ਇੱਕ ਚੀਜ਼ ਹੋਰ ਦੱਸਾਂ ਦੇਖੋ ਤੁਹਾਨੂੰ ਕਿਸੇ ਵੀ ਤਰ੍ਹਾਂ ਨਾਲ ਦੇਖੋ ਕੋਈ ਵੀ ਪਰਸੈਂਟੇਜ ਦੇ ਅੱਜ ਜਿਹੜੇ ਆਪਾਂ ਕਨਸੈਪਟ ਕਰਨੇ ਆ ਨਾ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਜਿਹੜੇ ਫ੍ਰੈਕਸ਼ਨ ਹੈ ਜਿਵੇਂ ਪੀ ਬਾਏ ਕਿਊ ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਇਹਨੂੰ ਪਰਸੈਂਟੇਜ ਦੇ ਵਿੱਚ ਕਿਵੇਂ ਚੇਂਜ ਕਰਨਾ ਇਹ ਵੀ ਤੁਹਾਨੂੰ ਦੱਸੂਗਾ ਉਦੋਂ ਬਾਅਦ ਆਪਾਂ ਇੱਕ ਪੜਾਂਗੇ ਕਿ ਜਦੋਂ ਕੋਈ ਵੈਲਿਊ ਕਿਸੇ ਤੋਂ ਕਿੰਨੀ ਮੋਰ ਹੈ ਜਿਵੇਂ ਮੋਰ ਦੈਨ ਕੋਈ ਵੀ ਮੋਰ ਦੈਨ ਦਾ ਕਨਸੈਪਟ ਹੈ ਉਹ ਵੀ ਅੱਜ ਮੈਂ ਤੁਹਾਨੂੰ ਸਿਖਾਉਂਗਾ ਇਸੇ ਲੈਕਚਰ 'ਚ ਬਾਕੀ ਇੱਕ ਕਨਸੈਪਟ ਹੁੰਦਾ ਪੋਪੂਲੇਸ਼ਨ ਵਾਲਾ ਕਿ ਇੰਨੇ ਇੱਕ ਸਾਲ ਦੇ ਵਿੱਚ ਇੰਨੀ ਪੋਪੂਲੇਸ਼ਨ ਵਧੀ ਤਾਂ ਦੱਸੋ ਕਿੰਨੀ ਵਧੀ ਇਹ ਵੀ ਕਨਸੈਪਟ ਬਹੁਤ ਹੀ ਇੰਪੋਰਟੈਂਟ ਹੈ ਇੱਕ ਵੀ ਆਪਣੇ ਕੋਲੇ ਪੁੱਛਿਆ ਜਾਂਦਾ ਕਿ ਪਰਸੈਂਟੇਜ ਦੇ ਦੇਣਗੇ ਤੁਹਾਨੂੰ ਤੇ ਉਹਨੂੰ ਰੇਸ਼ੋ ਦੇ ਵਿੱਚ ਕਿਵੇਂ ਬਦਲਣਾ ਉਹਨੂੰ ਰੇਸ਼ੋ ਦੇ ਵਿੱਚ ਕਿਵੇਂ ਬਦਲਣਾ ਇਹ ਸਾਰਾ ਕੁਝ ਆਪਾਂ ਅੱਜ ਹੀ ਕਰਾਂਗੇ ਇਸੇ ਕਲਾਸ 'ਚ ਤਾਂ ਤੁਹਾਨੂੰ ਮੈਂ ਦੱਸਿਆ ਕਿ ਇੰਨਾ ਕੁਝ ਆਪਾਂ ਪਰਸੈਂਟੇਜ ਦੇ ਵਿੱਚ ਪੜ੍ਹਨਾ ਅੱਜ ਦੇਖੋ ਤੁਹਾਨੂੰ ਮੈਂ ਕਨਸੈਪਟ ਸਿਖਾ ਰਿਹਾ ਤੇ ਕੱਲ ਨੂੰ ਆਪਾਂ ਇਹਦੇ ਸਮ ਕਰਾਂਗੇ ਉਦੋਂ ਬਾਅਦ ਅਗਲੇ ਦਿਨ ਹੋਰ ਵੀ ਸਮ ਕਰਾਂਗੇ ਇਹਦੇ ਠੀਕ ਹੈ ਤਾਂ ਹੁਣ ਆਪਾਂ ਸਾਰੇ ਸਟੂਡੈਂਟ ਆਪਾਂ ਕੀ ਕਰਦੇ ਹਾਂ ਇਹਦੇ ਕਨਸੈਪਟ ਬਾਰੇ ਜਾਣਦੇ ਹਾਂ ਕੀ ਜਾਣਦੇ ਹਾਂ ਇਹਦੇ ਛੋਟੇ ਛੋਟੇ ਕਨਸੈਪਟ ਬਾਰੇ ਜਾਣਦੇ ਹਾਂ ਆਪਾਂ ਕਿ ਕਨਸੈਪਟ ਇਹਦੇ ਹੁੰਦੇ ਕੀ ਹੈ ਤਾਂ ਹੁਣ ਆਪਾਂ ਇਹਦੇ ਛੋਟੇ ਛੋਟੇ ਕਨਸੈਪਟ ਪੜਾਂਗੇ ਤਾਂ ਜੋ ਤੁਹਾਨੂੰ ਪੂਰਾ ਜਿਹੜਾ ਪਰਸੈਂਟੇਜ ਆ ਉਹ ਕਲੀਅਰ ਹੋ ਸਕੇ ਪਹਿਲਾਂ ਯਾਦ ਰੱਖਿਓ ਸਭ ਤੋਂ ਪਹਿਲਾਂ ਜਿਹੜੀ 1% ਹੁੰਦਾ 1% ਕੀ ਹੁੰਦਾ 1/100 ਠੀਕ ਹੈ ਉਦੋਂ ਬਾਅਦ ਜਿਵੇਂ ਗੱਲ ਕਰਨਾ 2% ਕੀ ਹੁੰਦਾ ਦੋ ਇਹ ਬਿਲਕੁਲ ਬੇਸਿਕ ਕਰਵਾ ਰਿਹਾ ਮੈਂ ਬਿਲਕੁਲ ਬੇਸਿਕ 3% ਕੀ ਹੁੰਦਾ 3/100 4% ਕੀ ਹੁੰਦਾ 4/100 ਇਹਨੂੰ ਅੱਗੇ ਕੱਟ ਵੀ ਸਕਦੇ ਆ 1 ਤੇ ਕੀ ਆ ਗਿਆ 25 1/25 ਕਲੀਅਰ ਹੈ ਕਿ ਕਿਵੇਂ ਆਪਾਂ ਜਿਹੜਾ ਪਰਸੈਂਟੇਜ ਨੂੰ ਉਹਨੂੰ ਫਰੈਕਸ਼ਨ ਦੇ ਵਿੱਚ ਬਦਲ ਰਹੇ ਹਾਂ ਠੀਕ ਹੈ ਹੁਣ ਦੇਖੋ ਜੇ ਆਪਣੇ ਕੋਲ ਕੋਈ ਫਰੈਕਸ਼ਨ ਦਿੱਤੀ ਹੋਵੇ ਜਿਵੇਂ 4% ਹੈ ਇਹਨੂੰ ਮੈਂ ਕੀ ਲਿਖ ਸਕਦਾ 4/100 ਮਤਲਬ ਇਹਨੂੰ ਕੀ ਲਿਖ ਸਕਦੇ ਹਾਂ 1/25 ਹੁਣ ਜੇ 1/25 ਨੂੰ 4% ਦੇ ਵਿੱਚ ਬਦਲਣਾ ਹੋਵੇ ਦੇਖੋ 1/25 ਨੂੰ 4% ਦੇ ਵਿੱਚ ਬਦਲਣਾ ਹੋਵੇ ਗੁਣਾ 100 25 × 100 ਤਾਂ ਕੀ ਆ ਗਿਆ 4% ਮੈਂ ਹੁਣੇ ਕਿਹਾ ਨਾ ਜਦੋਂ ਕਿਸੇ ਨੂੰ ਪਰਸੈਂਟੇਜ ਦੇ ਵਿੱਚ ਬਦਲਣਾ ਤਾਂ ਉਹਨੂੰ ਕੀ ਕਰ ਦੇਣਾ ਗੁਣਾ 100 ਕਰ ਦੇਣਾ ਕਲੀਅਰ ਹੈ ਤਾਂ ਉਹ ਤੁਹਾਡੇ ਕੋਲ ਕੀ ਆ ਜਾਊਗਾ ਪਰਸੈਂਟੇਜ ਦੇ ਵਿੱਚ ਉਹਦੀ ਵੈਲਿਊ ਆ ਜਾਊਗੀ ਠੀਕ ਹੈ ਦੇਖੋ ਇੱਕ ਐਗਜ਼ਾਮਪਲ ਹੋਰ ਦੇਖੋ ਦੇਖੋ ਜੇ ਮੈਂ ਕਹਾਂ ਤੁਹਾਡੇ ਕੋਲ ਆਪਣੇ ਕੋਲ 10% ਕੀ ਹੁੰਦਾ ਤੁਸੀਂ ਮੈਨੂੰ ਕੀ ਕਹੋਗੇ ਕਿ ਸਰ 10/100 ਹੁੰਦਾ 0 ਨਾਲ 0 ਕੱਟੀ ਗਈ ਕੀ ਆ ਗਿਆ 1/10 ਜੇ ਮੈਂ ਕਹਾਂ 1/10 ਨੂੰ ਪਰਸੈਂਟ ਦੇ ਵਿੱਚ ਬਦਲੋ ਤਾਂ 1/10 × 100 0 ਨਾਲ 0 ਤਾਂ ਕੀ ਆ ਗਿਆ 10% ਤਾਂ ਯਾਦ ਰੱਖਿਓ ਜਦੋਂ ਵੀ ਪਰਸੈਂਟ ਦੇ ਵਿੱਚ ਬਦਲਣਾ ਗੁਣਾ 100 ਕਰ ਦੇਣੀ ਹੈ ਠੀਕ ਹੈ ਤਾਂ ਉਹ ਤੁਹਾਡੇ ਕੋਲ ਕੀ ਆ ਜਾਊਗਾ ਪਰਸੈਂਟ ਦੀ ਵੈਲਿਊ ਆ ਜਾਊਗੀ ਕਲੀਅਰ ਹੈ ਸਾਰੇ ਸਟੂਡੈਂਟਸ ਨੂੰ ਇੱਥੋਂ ਤੱਕ ਇਹ ਨਾ ਬੇਸਿਕ ਕਨਸੈਪਟ ਹੈ ਜਿਹੜੇ ਆਪਾਂ ਸਿੱਖਣੇ ਹੀ ਸਿੱਖਣੇ ਆ ਕਿਉਂਕਿ ਜਿੰਨਾ ਬਿਨਾਂ ਆਪਾਂ ਅੱਗੇ ਨਹੀਂ ਵੱਧ ਸਕਦੇ ਠੀਕ ਹੈ ਹੁਣ ਦੇਖੋ ਨੈਕਸਟ ਕਿਵੇਂ ਕਰਾਂਗੇ ਦੇਖੋ ਨੈਕਸਟ ਕੋਈ ਵੀ ਆਪਾਂ ਨੂੰ ਰਕਮ ਦਿੱਤੀ ਹੋਵੇ ਉਹਨੂੰ ਕਿਵੇਂ ਬਦਲਣਾ ਆਪਾਂ ਠੀਕ ਹੈ ਦੇਖੋ ਕੋਈ ਵੀ ਰਕਮ ਦਿੱਤੀ ਹੋਵੇ ਜਿਵੇਂ ਆਪਾਂ ਨੂੰ ਦਿੱਤਾ ਹੋਵੇ 25% × 100 ਇਹਨੂੰ ਸੋਲਵ ਕਿਵੇਂ ਕਰਾਂਗੇ ਦੇਖੋ 25% ਨੂੰ ਕੀ ਲਿਖ ਸਕਦੇ ਹਾਂ 25/100 × 100 ਤਾਂ ਕੱਟ ਕੇ ਕੀ ਆ ਗਿਆ 25 ਤਾਂ ਹਮੇਸ਼ਾ ਪਰਸੈਂਟ ਨੂੰ ਕੀ ਕਰਨਾ ਨੀਚੇ ਕੀ ਲਾ ਦੇਣਾ ਆਪਾਂ 100 ਲਾ ਦੇਣਾ ਹੁਣ ਪਹਿਲਾ ਸਮ ਤੁਹਾਨੂੰ ਮੈਂ ਦਿੰਦਾ ਦੇਖੋ ਪਹਿਲਾ ਸਮ ਇਹਨੂੰ ਸੋਲਵ ਕਿਵੇਂ ਕਰਾਂਗੇ ਕੀ ਦਿੱਤਾ ਹੋਇਆ 3/3.5 ਹੈ ਕੈਨ ਬੀ ਐਕਸਪ੍ਰੈਸਡ ਇਨ ਟਰਮ ਆਫ ਪਰਸੈਂਟੇਜ ਇਹਨੂੰ ਪਰਸੈਂਟ ਦੇ ਵਿੱਚ ਬਦਲੋ ਇਹਨੂੰ ਕਾਹਦੇ 'ਚ ਬਦਲੋ ਪਰਸੈਂਟ ਦੇ ਵਿੱਚ ਤਾਂ ਆਪਸ਼ਨ ਏ ਤੁਹਾਡੇ ਕੋਲ ਕੀ ਹੈ 0.35% ਆਪਸ਼ਨ ਬੀ ਕੀ ਹੈ ਤੁਹਾਡੇ ਕੋਲ ਜਲਦੀ ਨਾਲ ਮੈਨੂੰ ਆਨਸਰ ਦੱਸੋ 3.5% ਇਹ ਕਿਸੇ ਕੁਐਸਚਨ ਪੇਪਰ ਦੇ ਵਿੱਚ ਆਇਆ ਮੈਂ ਉਹਦੇ ਵਿੱਚੋਂ ਚੱਕ ਰਿਹਾ ਕੁਐਸਚਨ ਆਪਸ਼ਨ ਸੀ ਕੀ ਹੈ 35% ਆਪਸ਼ਨ ਡੀ ਕੀ ਹੈ 350% ਦੱਸੋ ਮੈਨੂੰ ਇਹਨੂੰ ਪਰਸੈਂਟ ਦੇ ਵਿੱਚ ਕਿਵੇਂ ਬਦਲਾਂਗੇ ਜਲਦੀ ਨਾਲ ਮੈਂ ਹੁਣੇ ਦੱਸਿਆ ਤੁਹਾਨੂੰ ਕਿਸੇ ਐਗਜ਼ਾਮ ਦੇ ਵਿੱਚੋਂ ਆਇਆ ਹੋਇਆ ਕੁਐਸਚਨ ਹੈ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਦੱਸੋ ਇਹਦਾ ਆਨਸਰ ਕੀ ਆਊਗਾ
देखो 3.5 है ना, इनू परसेंट दे विच करन लई की कर देंगे गुना 100। ठीक है, जिहड़ा 3.5 है इनू की लिख लिया 35/10 गुना की आ गया 100, जीरो नाल जीरो कट के आंसर की आ गया 350%, तां ऑप्शन नंबर डी आ गया। क्लीयर है, देखो किसी एग्जाम दे विच आया होया क्वेश्चन है जिहड़ा तुहानू मैं दस रहा, पता क्यों दस रहा, कई बार इहो जिहा क्वेश्चन भी अपने तो पुछ लिया जाता है कि इनू परसेंटेज दे विच चेंज करो। ठीक है, क्लीयर है सारे स्टूडेंट्स नूं, मैं तुहानू हुणे दस के हटिया सी पिछे। नैक्सट क्वेश्चन देखो, नैक्सट क्वेश्चन देखो, जो मैं बेसिक बेसिक करा रहा कि थोड़ा सारा बेसिक पहले क्लीयर हो जाए। ठीक है, डिफिकल्ट सम करने वास्ते टाइम हैगा अपने कोले। देखो हुण उन्होंने कहा, देखो सब तो पहला उस तो बाद देखो, जिवें मैं थोड़ा एक परसन है अपने कोले, परसन क्यों आप कही कि कोई स्टूडेंट है अपने कोले, कोई की है स्टूडेंट है, स्टूडेंट का नाम तुसी यही रख लो कि मोहित है। ठीक है, मोहित का एग्जाम होया कादा होया, मैथ का, मैथ का एग्जाम होया, उन्हें किन्ने मार्क्स आए, 40 मार्क्स आए टोटल, मतलब उन्हें किन्ने मार्क्स लाए टोटल एग्जाम दे विचों दे, उन्हें 40 मार्क्स मिले। ठीक है, तो टोटल मार्क्स किन्ने का पेपर सी, टोटल मार्क्स किन्ने सी पेपर दे, टोटल मार्क्स सीगे 200। तो हुण जे टीचर ने दसना होवे कि मोहित नूं किन्ने परसेंट मिले, मोहित नूं किन्ने परसेंट मिले, तो तुसीं इहदा की आंसर दोगे। जदों भी आपां परसेंटेज कढ़दे हैं किसी भी स्टूडेंट की, जां कोई भी नंबर का परसेंटेज कढ़दे हैं, तो वह किवें कढ़दे हैं, देखो सब तो पहला इहदा एक छोटा जिहा बस तरीका याद रखियो, हमेशा उपर की रखना जिन्ने मार्क्स तुहानूं मिले, नीचे की रखना टोटल मार्क्स किन्ने हैं 200, गुना की कर देना 100, क्योंकि आपां नूं परसेंटेज पूछा जा रहा। दो जीरों नाल दो जीरो कट्टियां गई, दो नाल 40 कट्टिया गया, 20%। पता नहीं यह किहो जिहा जवाक सी जिहने 20% नंबर आए हैं, पता नहीं है कौन मोहित सी। क्लीयर है, इन्हें किन्ने मार्क्स आए हैं, 20% लैने तो बेचारे 200% चाहिए सी, पता नहीं आए कि नहीं, मैं आपकी बेइज्जती खुद करा ली। चलो नैक्सट क्वेश्चन देखो, नैक्सट क्वेश्चन देखो कि कोई भी अपने को ले, देखो एक क्वेश्चन यहोजा जरूर आना होंगे, देखो एक कोई भी अपने को ले सोसाइटी है ना, सोसाइटी के अपने को ले की है, अपने को ले आदमी किन्ने हैं, देखो आदमी किन्ने हैं 200, मतलब 250, चलो 250 ले लो, औरतां किन्नी हैं, औरतां किन्नी हैं 500, बच्चे किन्ने हैं, चलो रहने दो बच्चे रहने दो, तो इन्हें विचों जे मैं थोनू कहां आदमी किन्ने परसेंट है, आदमी किन्ने परसेंट है, तो औरतां किन्ने परसेंट है, ये दसो, तो किवें दसोगे इत्थे आदमी किन्ने परसेंट है, तो औरतां किन्ने परसेंट है, ये किवें दसोगे, चलो जल्दी नाल दसो, जल्दी नाल दसो की आऊगा। बिल्कुल बेसिक कंसैप्ट है, जिहड़े स्टूडेंट नहीं आते अज उहदे लई बहुत वधिया दिन है, वह बहुत वधिया सिख जूगा, सारी जिंदगी नहीं भुलूगा। देखो जे आपां आदमी का परसेंटेज कढ़ना होवे तां किवें निकलूगा, देखो आदमी किन्ने आ अपने कोल 250, टोटल आबादी, टोटल आबादी औरतां ते आदमियां दी टोटल आबादी 750 गुणा 100, जीरो नाल जीरो कट्टिया गया 25 × 75, तां 100/3, 100/3 की हुंदा 33.5। जे हुण मैं दसा औरतां दी, तां औरतां किन्नियां अपने कोल 500, टोटल नीचे की आऊगा 750 गुणा की है 100, देखो जीरो नाल जीरो कट्टेगी 25 × 50, 25 × 75, तो यही की आऊगा 200/3, तो 200/3 की होंगे 66.5, ये इन्ना परसेंट आ गया, ये क्लीयर है। उपर अपने को जिन्ना भी दिता हो, नीचे अपने को टोटल किन्ना भी अपने को हो लिखना है, उपर जिन्ने अपने को होगी वैल्यू वह लिखनी है, क्लीयर है, नीचे टोटल लिखना। ये जेडे बेसिक कंसैप्ट है, ये थानू आने बहुत जरूरी है, क्योंकि इन्हों बिना क्वेश्चन ने सोल्व है जोड़ा वह नहीं होना। नैक्सट क्वेश्चन देखो, तो नैक्सट क्वेश्चन देखो किमें करा, ये सारे परसेंटेज के कंसैप्ट जो थोड़ा मैं सिखा रहे हैं। ठीक है, देखो किमें करा, देखो नैक्सट क्वेश्चन की है कि अपने को कोई भी वैल्यू इतने आप ले ली, देखो 60% है, ओ 60% कहदा दिता होया 264। ठीक है, 60% ऑफ 264, एक चीज मेरी याद रखियो, देखो एक चीज याद रखियो इन्हें जी नवी सीखने वाली है, देखो इनू आप पता की लिख सकते, देखो परसेंटेज का पता की सिस्टम होंगे,
ਭਾਵੇਂ ਪਰਸੈਂਟੇਜ ਇੱਥੇ ਲੱਗਿਆ ਤੇ ਭਾਵੇਂ ਇਹਨੂੰ ਇਹਦੇ ਨਾਲ ਲਾ ਲਓ, ਦੇਖੋ ਕਿਵੇਂ 60/264% ਦੋਨੋਂ ਸੇਮ ਹੋਣਗੇ। ਦੇਖੋ ਵੈਲਿਊ ਕੱਢ ਕੇ ਦੇਖੋ, 60 ਨੂੰ ਕੀ ਲਿਖ ਸਕਦੇ ਆ, 60/100 ਗੁਣਾ 264, ਇਹਨੂੰ ਕੱਟ ਦੋ 0 ਨਾਲ 0, ਇੱਥੇ ਹੁਣ ਕੀ ਆ ਗਿਆ, ਇਹ ਤਾਂ ਵੈਲਿਊ ਮੇਲਾ ਦਾ ਬਹੁਤ ਜ਼ਿਆਦਾ ਉਹਦੇ 'ਚ ਆਊਗੀ, ਤਾਂ ਕਰ ਲਓ ਇੱਥੇ ਗੁਣਾ 264 ਨੂੰ 6 'ਤੇ, 6 × 24 = 2 = 36, 6 × 36 = 38, 3 × 6 = 12 ਤੇ 3 × 15 ਕਿੰਨਾ ਆ ਗਿਆ 1584/10, ਤਾਂ ਇਹਨੂੰ ਕੀ ਲਿਖ ਸਕਦੇ ਹਾਂ 158.4 ਆਹੀ ਆਈ। ਇਹਨੂੰ ਵੀ ਸੋਲਵ ਕਰੋ, ਇਹੋ ਜਿਹੀ ਵੈਲਿਊ ਸੇਮ ਆਊਗੀ, ਰੂਲ ਹੁੰਦਾ ਇਹ। ਦੇਖੋ 60 × 264/100, 0 ਨਾਲ 0 ਕੱਟਿਆ ਗਿਆ, 264 ਨੂੰ 6 ਤੇ ਗੁਣਾ ਕੀਤੀ ਸੀ, ਹੁਣੇ ਕਿੰਨਾ ਆਇਆ ਸੀ 1584, ਥੱਲੇ ਕੀ ਆ 10, 500 ਰੁਪਏ ਆ ਗਿਆ 158.4। ਦੇਖੋ ਦੋਨੋਂ ਸੇਮ ਆ ਗਿਆ ਨਾ, ਇਹਨਾਂ ਮਤਲਬ ਕੀ ਹੈ ਪਰਸੈਂਟੇਜ ਨੂੰ ਆਪਾਂ ਚੇਂਜ ਵੀ ਕਰ ਸਕਦੇ ਹਾਂ। ਦੇਖੋ ਕਿਵੇਂ ਧਿਆਨ ਨਾਲ ਦੇਖੋ ਕਿਵੇਂ ਚੇਂਜ ਹੋਇਆ ਪਰਸੈਂਟੇਜ। ਦੇਖੋ ਸਭ ਤੋਂ ਪਹਿਲਾਂ ਜੇ ਆਪਣੇ ਕੋਲ 10% ਆਫ 44 ਹੈ ਨਾ, ਇਹਨੂੰ ਕੀ ਲਿਖ ਸਕਦੇ ਹਾਂ, ਪਰਸੈਂਟੇਜ ਨੂੰ ਇੱਧਰ ਲੈ ਜਾਓ, ਕੀ ਲਿਖ ਸਕਦੇ ਹਾਂ 44% ਆਫ 10। ਜੇ ਦੂਜਾ ਨਾਲ ਹੀ ਇਹਦੇ ਨਾਲ ਦੇ ਐਗਜ਼ੈਂਪਲਾਂ ਦੇ ਰਹੇ ਹਾਂ, ਜੇ 15% ਆਫ ਆਪਣੇ ਕੋਲ 1056 ਨਾ, ਇਹਨੂੰ ਕੀ ਲਿਖ ਸਕਦੇ ਹਾਂ 1056% ਆਫ 15। ਆਪਸ਼ਨ ਮਤਲਬ ਤੀਜੇ ਨੰਬਰ ਤੇ ਦੇਖੋ, ਜੇ 30% ਆਫ 152 ਤਾਂ ਇਹਨੂੰ ਕੀ ਲਿਖ ਸਕਦੇ ਹਾਂ 152% ਆਫ 30। ਜੇ ਚੌਥੇ ਨੰਬਰ ਤੇ ਹੋਰ ਐਗਜ਼ਾਮਪਲ ਦੇਵਾਂ, 17% ਆਫ 544 ਹੈ ਤਾਂ ਇਹਨੂੰ ਕੀ ਲਿਖ ਸਕਦੇ ਹਾਂ 544% ਆਫ 17। ਪਰਸੈਂਟੇਜ ਨੂੰ ਜਿਹਦੇ ਨਾਲ ਮਰਜ਼ੀ ਲਾ ਦਿਓ, ਆਂਸਰ ਕੀ ਆਊਗਾ ਸੇਮ ਆਊਗਾ, ਭਾਵੇਂ ਸੋਲਵ ਕਰਕੇ ਦੇਖ ਲਓ। ਇਹ ਪਰਸੈਂਟੇਜ ਦਾ ਇੱਕ ਰੂਲ ਹੁੰਦਾ, ਠੀਕ ਹੈ, ਜਿਹੜਾ ਤੁਹਾਨੂੰ ਮੈਂ ਦੱਸ ਰਿਹਾ, ਇਹ ਵੀ ਕੀ ਹੈ ਇੱਕ ਪਰਸੈਂਟੇਜ ਦਾ ਰੂਲ ਹੁੰਦਾ ਜਿਹੜਾ ਕਿ ਆਪਾਂ ਯਾਦ ਰੱਖਣਾ। ਕਲੀਅਰ ਹੈ ਸਾਰੇ ਸਟੂਡੈਂਟਸ, ਚੰਗੀ ਤਰ੍ਹਾਂ ਦੇਖਦੇ ਜਾਓ, ਸਾਰੇ ਬੇਸਿਕ ਕਨਸੈਪਟ ਜਿਹੜੇ ਤੁਹਾਡੇ ਅੱਜ ਕਲੀਅਰ ਹੋ ਜਾਣਗੇ, ਚੰਗੀ ਤਰ੍ਹਾਂ ਦੇਖ ਲਓ। ਦੇਖ ਲਓ ਜੀ, ਚਲੋ ਨੈਕਸਟ ਦੇਖੋ। ਦੇਖੋ ਹੁਣ ਦੇਖੋ ਇੱਕ ਚੀਜ਼ ਹੋਰ ਦੱਸਾਂ, ਇੱਥੇ ਇੱਕ ਹੋਰ ਵੀ ਚੀਜ਼ ਦੱਸਦਾ, ਵੈਸੇ ਪਹਿਲਾਂ ਮੈਂ ਤੁਹਾਨੂੰ ਦੱਸੀ ਹੋਈ ਹੈ। ਦੇਖੋ ਜੇ ਮੰਨ ਕੇ ਚੱਲੋ, ਜੇ ਤੁਹਾਨੂੰ ਦਿੱਤਾ ਹੋਵੇ ਨਾ, ਦੇਖੋ ਕੋਈ ਵੀ ਮੰਨ ਕੇ ਚੱਲੋ ਪਰਸਨ ਏ ਹੈ, ਮੰਨ ਕੇ ਚੱਲੋ ਪਰਸਨ ਏ ਹੈ ਤੇ ਮੰਨ ਕੇ ਚੱਲੋ ਨਾਲ ਹੀ ਕੀ ਹੈ ਪਰਸਨ ਬੀ, ਪਰਸਨ। ਜੇ ਤੁਹਾਨੂੰ ਇੱਕ ਚੀਜ਼ ਯਾਦ ਰੱਖਿਓ ਮੇਰੀ, ਜੇ ਤੁਹਾਨੂੰ ਕਹਿਣਗੇ ਨਾ ਪਰਸਨ ਏ ਕੋਲ, ਪਰਸਨ ਏ ਕੋਲ ਬੀ ਨਾਲੋਂ, ਬੀ ਨਾਲੋਂ 20% ਜ਼ਿਆਦਾ, 20% ਜ਼ਿਆਦਾ, ਜ਼ਿਆਦਾ ਕੀ ਚੀਜ਼ ਹੋ ਸਕਦੀ ਹੈ, 20% ਜ਼ਿਆਦਾ ਏ ਕੋਲ ਬੀ ਨਾਲੋਂ 20% ਜ਼ਿਆਦਾ ਨੰਬਰ ਹਨ। ਇਸ ਚੀਜ਼ ਨੂੰ ਪਤਾ ਕਿਵੇਂ ਸੋਲਵ ਕਰਨਾ ਹੈ, ਹਮੇਸ਼ਾ ਯਾਦ ਰੱਖਿਓ, ਇੱਥੇ ਕੀ ਲਿਖ ਲਓ ਏ, ਰੇਸ਼ੋ ਦੱਸ ਰਹੇ ਹਾਂ, ਰੇਸ਼ੋ ਦੇ ਵਿੱਚ ਇਹਨੂੰ ਕਿਵੇਂ ਖੇਡਣਾ ਹੈ ਆਪਾਂ ਬਹੁਤ ਈਜ਼ੀ ਤਰੀਕੇ ਨਾਲ ਦੱਸ ਰਹੇ ਹਾਂ, ਸਵਾਲ ਚੁਟਕੀ ਦੇ ਵਿੱਚ ਸੋਲਵ ਹੋ ਜੂਗਾ। ਜੇ ਇੱਥੇ ਏ ਲਿਖਿਆ ਨਾਲ ਕੀ ਲਿਖਿਆ ਬੀ, ਹੁਣ ਉਹਨਾਂ ਨੇ ਕਿਹਾ ਏ ਕੋਲ ਬੀ ਨਾਲੋਂ 20% ਜ਼ਿਆਦਾ ਹੈ, ਹਮੇਸ਼ਾ ਮੇਰੀ ਗੱਲ ਯਾਦ ਰੱਖਿਓ ਪੂਰੀ ਜ਼ਿੰਦਗੀ, ਬੀ ਨੂੰ ਕੀ ਲੈ ਲੈਣਾ 100 ਤਾਂ ਏ ਨੂੰ ਕੀ ਲੈ ਲੈਣਾ 120, ਏ ਕੋਲੇ ਜ਼ਿਆਦਾ ਨਾ 20% ਤਾਂ ਏ ਕੋਲੇ ਕੀ ਹੈ 20% ਮਤਲਬ 120, ਤਾਂ 0 ਨਾਲ 0 ਕੱਟ ਦਿਓ, ਇਹ ਕੀ ਆ ਗਿਆ 6x ਤੇ ਇਹ ਕੀ ਆ ਗਿਆ 5x। ਕਲੀਅਰ ਹੈ, ਹੁਣ ਜੋ ਮਰਜ਼ੀ ਕਰੀ ਚੱਲੋ। ਆਹ ਚੀਜ਼ 'ਚ ਬੱਚੇ ਬਹੁਤ ਉਲਝ ਜਾਂਦੇ, ਜਦੋਂ ਕਹਿ ਦਿੰਦੇ ਆ ਏ ਕੋਲ ਬੀ ਨਾਲੋਂ ਇੰਨੇ ਜ਼ਿਆਦਾ, ਬੀ ਕੋਲੇ ਸੀ ਨਾਲੋਂ ਇੰਨੇ ਜ਼ਿਆਦਾ। ਇੱਕ ਸਵਾਲ ਹੋਰ ਵੇਖੋ, ਦੇਖੋ ਇਹੋ ਜਿਹਾ ਕੁਐਸਚਨ ਕਈ ਵਾਰੀ ਮਿਲਦਾ ਤੇ ਕਈ ਵਾਰੀ ਜਵਾਕ ਇਹਨੂੰ ਗਲਤ ਕਰਦੇ ਆ। ਦੇਖੋ ਕਿਵੇਂ, ਏ ਕੋਲ ਧਿਆਨ ਨਾਲ ਦੇਖੀ ਚੱਲੋ, ਏ ਕੋਲ ਬੀ ਨਾਲੋਂ, ਇੱਕ ਤਾਂ ਪੰਜਾਬੀ 'ਚ ਲਿਖਣਾ ਮੈਨੂੰ ਔਖਾ ਹੋ ਜਾਂਦਾ, ਬੀ ਨਾਲੋਂ 20% ਜ਼ਿਆਦਾ ਹੈ ਅਤੇ ਬੀ ਕੋਲ ਸੀ ਨਾਲੋਂ 50% ਜ਼ਿਆਦਾ ਹੈ, ਤਾਂ ਏ ਬੀ ਸੀ ਪਤਾ ਕਰੋ। ਦੇਖੋ ਇੱਥੇ ਜਵਾਕਾਂ ਨੇ ਨਾ ਉਹੀ ਉਲਝ ਜਾਣਾ ਹੁੰਦਾ ਵੀ ਆਹ ਕੀ ਆ ਗਿਆ, ਪਰ ਮੈਂ ਤੁਹਾਨੂੰ ਤਰੀਕਾ ਦੱਸਦਾ, ਇਹਦੇ ਵਿੱਚ ਉਲਝਣ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ। ਪਹਿਲਾਂ ਕੀ ਹੈ, ਏ ਤੇ ਬੀ ਦਾ ਰਿਲੇਸ਼ਨ ਹੈ, ਲੈਨ ਮਾਰ ਲਓ ਇੱਥੇ, ਐਂਡ ਤੇ ਆਪਾਂ ਦੱਸ ਦਾਂਗੇ ਏ ਬੀ ਸੀ ਕਿੰਨੇ ਹੈ, ਧਿਆਨ ਨਾਲ ਸਮਝ ਲਓ, ਪੂਰੀ ਜ਼ਿੰਦਗੀ ਨਹੀਂ ਭੁੱਲਦੇ ਮੇਰੀ ਗਰੰਟੀ ਹੈ।
ਏ ਤੇ ਬੀ, ਪਹਿਲਾਂ ਏ ਤੇ ਬੀ ਦਾ ਰਿਲੇਸ਼ਨ ਦੇਖ ਲਓ। ਏ ਕੋਲੇ ਕੀ ਹੈ, ਬੀ ਨਾਲੋਂ 20% ਜ਼ਿਆਦਾ ਹੈ, ਇਹਨਾਂ ਮਤਲਬ ਬੀ ਕੋਲੇ ਜੇ 100 ਹੈ ਤਾਂ ਏ ਕੋਲੇ ਕੀ ਹੈ 120, 0 ਨਾਲ 0 ਕੱਟਤੀ ਕੀ ਆ ਗਿਆ 6:5। ਹੁਣ ਆ ਜਾਓ ਅੱਗੇ ਬੀ ਤੇ ਸੀ, ਅਗਲੀ ਲਾਈਨ 'ਚ ਕੀ ਦਿੱਤਾ, ਬੀ ਤੇ ਸੀ ਦਾ ਰਿਲੇਸ਼ਨ, ਬੀ ਕੋਲ ਸੀ ਨਾਲੋਂ 50% ਜ਼ਿਆਦਾ, ਮਤਲਬ ਸੀ ਕੋਲੇ ਜੇ 50 ਹੈ ਤਾਂ ਬੀ ਕੋਲ 150, 0 ਨਾਲ 0 ਕੱਟ ਦਿਓ, 5 × 3 = 15, 5 × 2 = 10। ਹੁਣ ਏ ਬੀ ਵੀ ਦਿੱਤਾ, ਬੀ ਵੀ ਸੀ, ਬੀ ਸੀ ਵੀ ਦਿੱਤਾ, ਤਾਂ ਤੁਸੀਂ ਏ ਬੀ ਸੀ ਕਨਵਰਟ ਕਰ ਸਕਦੇ ਹੋ। ਦੇਖੋ ਕਿਵੇਂ, ਇਹਦੇ 6, ਇੱਥੇ 5, ਇੱਥੇ 3, ਇੱਥੇ 2, ਨਾਲ ਕੀ ਆ ਗਿਆ 5, ਨਾਲ ਕੀ ਆ ਗਿਆ 3, ਤਾਂ ਇਹ ਕੀ ਆ ਗਿਆ 6 × 3 = 18, 5 × 3 = 15 ਅਤੇ 5 × 2 = 10 ਆਨਸਰ ਆ ਗਿਆ। ਬਸ ਇੰਨਾ ਇੰਨਾ ਕੁ ਕੰਮ ਹੈ। ਇਹਦੇ ਵਿੱਚ ਹੀ ਉਹ ਕੀ ਕਰਨਗੇ, ਮੈਂ ਤੁਹਾਨੂੰ ਦੱਸੂੰਗਾ ਅਗਲੀਆਂ ਕਲਾਸਾਂ ਦੇ ਵਿੱਚ, ਇਹਦੇ ਵਿੱਚ ਹੀ ਉਹਨਾਂ ਨੇ ਪਰਸੈਂਟੇਜ ਬਣਾ ਦੇਣੀ ਹੈ ਕਿ ਲਾਸਟ 'ਤੇ ਆਪਾਂ ਨੂੰ ਪਤਾ ਕੀ ਪੁੱਛਣਗੇ, ਲਾਸਟ 'ਤੇ ਆਪਾਂ ਨੂੰ ਪੁੱਛਣਗੇ ਕਿ ਦੱਸੋ ਬੀ ਕੋਲੇ, ਕਿ ਦੱਸੋ ਬੀ ਕੋਲੇ ਏ ਨਾਲੋਂ ਕਿੰਨੇ ਪਰਸੈਂਟ ਜ਼ਿਆਦਾ। ਲਾਸਟ 'ਤੇ ਕੁਸਚਨ ਹਮੇਸ਼ਾ ਐਂ ਬਣਦਾ, ਦੱਸੋ ਬੀ ਕੋਲੇ, ਅਤੇ ਲਾਸਟ 'ਤੇ ਪਤਾ ਕੀ ਲਿਖ ਦੇਣਗੇ, ਦੱਸੋ ਬੀ ਕੋਲੇ, ਬੀ ਕੋਲ ਸੀ ਨਾਲੋਂ ਕਿੰਨੇ ਪ੍ਰਤੀਸ਼ਤ ਜ਼ਿਆਦਾ। ਤਾਂ ਪਰਸੈਂਟੇਜ ਦੇ ਵਿੱਚ ਦੇਖੋ ਬੀ ਕੋਲੇ ਕਿੰਨੇ ਜ਼ਿਆਦਾ, ਦੇਖੋ ਬੀ ਅਤੇ ਸੀ ਦੀ ਰੇਸ਼ੋ ਚੱਕ ਲਓ, ਬਸ ਇਕੱਲੀ ਹੋਰ ਕੁਛ ਨਹੀਂ, 10 ਅਤੇ 15 ਅਤੇ 10। ਬੀ ਕੋਲੇ ਕਿੰਨੇ ਜ਼ਿਆਦਾ ਸੀ ਨਾਲੋਂ, 5 ਜ਼ਿਆਦਾ। ਬੀ ਕੋਲੇ ਕਿੰਨੇ ਜ਼ਿਆਦਾ ਸੀ ਨਾਲੋਂ, 5 ਜ਼ਿਆਦਾ ਹੈ ਆਪਣੇ ਕੋਲੇ, ਠੀਕ ਹੈ, ਕਿਹਨੇ ਤੋਂ, ਸੀ ਨਾਲੋਂ। ਤਾਂ ਨੀਚੇ ਕੀ ਲਿਖ ਦਿਓ, 10, ਤਾਂ ਗੁਣਾ ਕੀ ਲਿਖ ਦਿਓ, 100, ਤਾਂ ਆਪਣੇ ਕੋਲੇ ਕੀ ਆ ਗਿਆ, ਇਦੋਂ ਬਾਅਦ 50%, ਕੀ ਆ ਗਿਆ, 50%। ਕਲੀਅਰ, ਕਿੰਨੇ ਜ਼ਿਆਦਾ ਬੀ ਕੋਲੇ, 5 ਜ਼ਿਆਦਾ, ਕਿਹਨੇ ਤੋਂ, ਸੀ, ਸੀ ਨੂੰ ਨੀਚੇ ਲਿਖ ਦਿਓ, ਗੁਣਾ ਕੀ ਆ ਜਾਊਗਾ, 100, ਤਾਂ ਕਿੰਨੇ ਪਰਸੈਂਟ, 50। ਦੇਖੋ ਇਹੋ ਜਿਹਾ ਕੁਸ਼ਚਨ ਬਣਾਉਂਦੇ ਹੁੰਦੇ, ਬਿਲਕੁਲ ਸੇਮ ਡਿਟੋ ਇਹੋ ਜਿਹਾ ਕੁਸ਼ਚਨ ਐਗਜ਼ਾਮੀਨਰ ਦਾ ਫੇਵਰੇਟ ਕੁਸ਼ਚਨ ਹੁੰਦਾ, ਕਿਉਂਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਸਟੂਡੈਂਟ ਨੇ ਕੀ ਕਰ ਜਾਣਾ, ਉਲਝ ਜਾਣਾ। ਪਹਿਲੀ ਗੱਲ, ਕਈ ਸਟੂਡੈਂਟਸ ਨੂੰ ਰੇਸ਼ੋ ਨਹੀਂ ਪਤਾ ਹੁੰਦਾ, ਜੇ ਰੇਸ਼ੋ ਪਤਾ ਹੁੰਦਾ ਤਾਂ ਪਰਸੈਂਟੇਜ ਨਹੀਂ ਕੱਢਣਾ ਆਉਂਦਾ ਹੁੰਦਾ, ਤਾਂ ਕਰਕੇ ਉਹ ਇਹੋ ਜਿਹੇ ਕੁਸ਼ਚਨ ਨੂੰ ਗਲਤ ਕਰ ਜਾਂਦੇ। ਤਾਂ ਮੈਂ ਤੁਹਾਨੂੰ ਤਾਂ ਕਿਹਾ ਵੀ ਹਰ ਕੰਸੈਪਟ ਆਪਾਂ ਸਿੱਖਾਂਗੇ ਹਰ ਤਰੀਕੇ ਨਾਲ। ਤਾਂ ਨੈਕਸਟ ਕੁਸ਼ਚਨ ਦੇਖੋ, ਇੱਕ ਹੋਰ, ਦੇਖੋ ਦੇਖੋ ਕੀ ਕਰਾਂਗੇ ਨੈਕਸਟ। ਦੇਖੋ ਜਿਵੇਂ ਇੱਕ ਸਵਾਲ ਆਇਆ ਸੀ ਤੁਹਾਡਾ, ਦੇਖੋ ਵਟ ਇਜ਼ ਵਟ ਪਰਸੈਂਟ ਆਫ ਅ ਡੇ ਇਜ਼ 3 ਆਵਰ। ਆਪਸ਼ਨ ਏ 12 1/2x ਅ ਪਰਸੈਂਟ, ਆਪਸ਼ਨ ਬੀ 16 1/3%, ਆਪਸ਼ਨ ਸੀ 18 2/3%, ਆਪਸ਼ਨ ਡੀ 22 1/2%। ਦੇਖੋ ਇਹਨੂੰ ਸੋਲਵ ਕਰੋ, ਸੋਲਵ ਕਰੋ, ਇਹਨੂੰ ਕੀ ਆਏਗਾ ਇਸ ਕੁਸਚਨ ਨੂੰ, ਦੇਖੋ ਕਿਵੇਂ ਕਰਨਾ। ਬਹੁਤ ਈਜ਼ੀ ਕੁਸਚਨ ਹੈ, ਇਹਦੇ ਵਿੱਚ ਕੁਛ ਵੀ ਨਹੀਂ ਹੈ। ਉਹਨਾਂ ਨੇ ਕਿਹਾ ਵਟ ਪਰਸੈਂਟ ਆਫ ਅ ਡੇ ਇਜ਼ 3 ਆਵਰ, ਠੀਕ ਹੈ। ਇੱਕ ਦਿਨ ਦੇ ਵਿੱਚ ਕਿੰਨੇ ਆਵਰ ਹੁੰਦੇ ਆ, ਪਤਾ ਸਾਰਿਆਂ ਨੂੰ, ਇੱਕ ਦਿਨ ਦੇ ਵਿੱਚ ਕਿੰਨੇ ਆਵਰ ਹੁੰਦੇ ਆ, 24 ਘੰਟੇ ਹੁੰਦੇ ਆ ਨਾ। ਦੇਖੋ ਇੱਥੇ ਕੀ ਲਿਖਿਆ ਵਟ ਪਰਸੈਂਟ, ਮਤਲਬ ਕਿੰਨੇ ਪਰਸੈਂਟ ਹੋਊਗਾ ਆਪਣੇ ਕੋਲੇ, ਇਹ ਆਪਾਂ ਪੁੱਛਿਆ ਵੀ 3 ਘੰਟੇ ਆ ਜਿਹੜਾ ਉਹ 24 ਘੰਟਿਆਂ ਦਾ ਕਿੰਨੇ ਪਰਸੈਂਟ ਹੋਊਗਾ, ਬਸ ਆਪਣੇ ਤੋਂ ਇਹ ਪੁੱਛਿਆ ਜਾ ਰਿਹਾ। ਵਟ ਪਰਸੈਂਟ ਆਫ ਅ ਡੇ ਇਜ਼ 3 ਆਵਰ। ਸੋਲਵ ਹੋ ਗਿਆ ਹੁਣ ਸਾਰਿਆਂ ਦਾ, ਆਈ ਥਿੰਕ। ਦੇਖੋ ਉੱਪਰ 3, ਨੀਚੇ 24 × 100, ਠੀਕ ਹੈ, ਕੱਟ ਦਿਓ, 8 × 3 = 24, ਕੀ ਆ ਗਿਆ, 100/8, ਕੀ ਆ ਗਿਆ, 50/4, ਕੀ ਆ ਗਿਆ, 25/2, ਤਾਂ ਕੱਟ ਕੇ ਕੀ ਆ ਗਿਆ, 12.5। ਤਾਂ ਆਪਸ਼ਨ ਨੰਬਰ ਏ ਕੀ ਆ ਗਈ ਆਪਣੇ ਕੋਲ ਆਨਸਰ। ਕਲੀਅਰ, ਇਹੋ ਜਿਹੇ ਕੁਸ਼ਚਨ ਵੀ ਕਈ ਵਾਰੀ ਇਗਜ਼ਾਮ 'ਚ ਤੁਹਾਡੇ ਤੋਂ ਪੁੱਛ ਲਏ ਜਾਂਦੇ ਆ, ਬਿਲਕੁਲ ਬੇਸਿਕ ਜੇ, ਠੀਕ ਹੈ। ਕਲੀਅਰ, ਅੱਜ ਜਮ੍ਹਾਂ ਬੇਸਿਕ ਤੁਹਾਨੂੰ ਮੈਂ ਕਰਵਾਇਆ ਕਿ ਜਿਹੜਾ ਤੁਹਾਨੂੰ ਸਾਰਾ ਕਲੀਅਰ ਹੋ ਜਾਵੇ, ਠੀਕ ਹੈ, ਬਿਲਕੁਲ ਬੇਸਿਕ ਜਾ। ਇੱਕ ਦੋ ਕੁਸਚਨ ਹੋਰ ਦੇਖੋ, ਫਿਰ ਮਿਲਾਂਗੇ ਆਪਾਂ ਕੱਲ੍ਹ ਨੂੰ, ਠੀਕ ਹੈ। ਦੇਖੋ ਸਭ ਤੋਂ ਪਹਿਲਾਂ ਇੱਕ ਜਿਹੜਾ ਹੁੰਦਾ ਆਪਣੇ ਕੋਲ ਪਾਪੂਲੇਸ਼ਨ ਵਾਲਾ ਬੜਾ ਇੰਪੋਰਟੈਂਟ ਕੰਸੈਪਟ ਹੁੰਦਾ, ਪਾਪੂਲੇਸ਼ਨ। ਦੇਖੋ ਜਿਵੇਂ ਕਿਸੇ ਵੀ
किसी भी एक एरिए की पॉपुलेशन कितनी है 5000, वो कहेंगे नैक्सट ईयर की हो गया, नैक्सट ईयर की हो गया 10% की होगी इनक्रीज, इनक्रीज तो वो कहेंगे दसो किन्नी पॉपुलेशन होगी, तो वो कहेंगे 10% की होगी इनक्रीज होगी, तो टोटल पॉपुलेशन किन्नी होगी, वधी हुई मतलब टोटल किन्नी वध गई पॉपुलेशन, थोड़े तो यह पूछा जा रहा है। हुण इत्थे पता स्टूडेंट की करनगे, 5000 दा 10% कढ़नगे किन्ना आ गया 500, फिर की करनगे 5000 दे विच 500 नूं प्लस करके दसनगे कि सर 5500, बट ये मैथड की है गलत, गलत क्यों है, ये लेंथ ही है, इहदे च टाइम लगता, लेकिन सब तो पहला मैं तुहानूं पिछली क्लास च भी दस्सिया सी की करया करो, सब तो सौखा मैथड इहदा की हुंदा है, देखो टोटल पॉपुलेशन किन्नी है 5000, लेकिन उन्होंने किन्नी किया 10% इनक्रीज होगी, तुसीं 10% नहीं करना सीधा इहदा 110 कर दो, बस जीरो नाल जीरो 11555 थोड़ा की आ गया आंसर, बस क्लीयर है। जे भी पुछ लैन ना किन्नी वधी है, तो 5500 होगी, पहला किन्नी सी 5000, तो किन्नी वध गई 500, ठीक है। जे पुछ लैन एक साल च किन्नी वधी 500, जे पुछ लैन टोटल किन्नी होगी तो 5500, सवाल खत्म। वो नहीं करना जवाकों वाला काम कि पहला 10% कढ़ांगे फिर उन्होंने जोड़ांगे जो उन्होंने कटावांगे फिर, नहीं वो पुराने मैथड है, वह बिल्कुल पुराने मैथड है, वह नहीं करने आप, क्लीयर है, क्योंकि जो कर लग गए फिर अपने तो बच्चों के फर्क ही रह जाऊगा, वो तो फिर पंजवीं छेवीं वाले स्टूडेंट भी करे, तो करके आप करना मॉडर्न मैथड लाना कि जल्दी ना अपना समय जोड़ा वो सोलव हो, क्लीयर है। तो हूँ मिलेंगे जी आप कल, बहुत बहुत धन्यवाद सारे स्टूडेंट का, बहुत बहुत शुक्रिया, डेली क्लास लाया करो, नवी नवी चीज़ा थोड़ा सीखने मिलनगियाँ मेरी गरंटी है, बहुत बहुत धन्यवाद, बहुत बहुत शुक्रिया।